ਹਾਂਜੀ ਚੱਟੋ, ਕਿੱਦਾਂ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਅੱਜ 7 ਤਰੀਕ 7 ਅਪ੍ਰੈਲ 2024 ਹੈ ਨਾ, ਅਤੇ ਅੱਜ ਮੈਂ ਵੀਡੀਓ ਬਣਾਉਣ ਲੱਗਾ ਹਾਂ ਕੰਸਟਰਕਸ਼ਨ ਵਰਕ ਬਾਰੇ। ਹਰ ਪੰਜਾਬੀ ਕੰਸਟਰਕਟ ਕਰ, ਦੇਖੋ ਕਿੱਦਾਂ ਸੋਹਣਾ ਹੈ ਨਾ। ਅਤੇ ਆਪਾਂ ਬੈਕ ਟੂ ਮੁੱਦੇ 'ਤੇ ਆਉਂਦੇ ਹਾਂ, ਅਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਹਰ ਪੰਜਾਬੀ ਕੰਸਟਰਕਸ਼ਨ ਦਾ ਕੰਮ ਕਰਦਾ ਹੀ ਕਰਦਾ ਆ, ਜਿੰਨਾ ਚਿਰ ਉਹਨੂੰ ਹੋਰ ਕੰਮ ਨਹੀਂ ਮਿਲਦਾ। ਮੈਨੂੰ ਵੀ ਮੇਰੀ ਫਸਟ ਜੋਬ ਕੰਸਟਰਕਸ਼ਨ ਦੀ ਸੀ ਹੈ ਨਾ। ਅਤੇ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਵੀ ਕਿੰਨੇ ਬੰਦਾ ਅਰਨਿੰਗ ਕਰਦਾ ਆ ਕੰਸਟਰਕਸ਼ਨ 'ਚ, ਅਤੇ ਕੀ ਕੁਛ ਚਾਹੀਦਾ ਹੁੰਦਾ ਆ। ਡਰਾਈਵਿੰਗ ਕਰਨੀ ਉਹ 'ਚ ਚੱਲ ਲਾਈਸੈਂਸ ਮੰਨਿਆ ਵੀ ਹੈਗਾ ਹੀ ਆ, ਹੈ ਨਾ। ਜੇ ਸਿਕਿਉਰਟੀ ਕਰਨਾ ਆ ਉਹਦਾ ਵੀ ਲਾਈਸੈਂਸ ਬੈਚ ਬਣਾਉਣਾ ਪੈਂਦਾ ਆ। ਜੇ ਆਪਾਂ ਕੰਸਟਰਕਸ਼ਨ 'ਚ ਕਰਨਾ ਆ ਉਹਦੇ ਲਈ ਵੀ ਆਪਾਂ ਨੂੰ ਇੱਕ ਕਾਰਡ ਬਣਾਉਣਾ ਪੈਂਦਾ ਆ, ਜਿਹਦਾ ਨਾਮ ਹੈ CSC ਕਾਰਡ। ਅਤੇ ਕੰਸਟਰਕਸ਼ਨ 'ਚ ਇੱਦਾਂ ਹੁੰਦਾ ਆ ਵੀ ਜਿਹੜੀਆਂ ਤਾਂ ਆ ਗੋਰਿਆਂ ਦੀਆਂ ਕੰਪਨੀਆਂ, ਜਿਹੜੇ ਗੋਰੇ ਘਰ ਘੁਰ ਬਣਾਉਂਦੇ ਆ, ਹੈ ਨਾ। ਜੇ ਆਪਾਂ ਉਹਦੇ ਨਾਲ ਕੰਮ ਕਰਨਾ, ਗੋਰਿਆਂ ਨਾਲ ਕੰਮ ਕਰਨਾ ਆ, ਤਾਂ ਆਪਾਂ ਨੂੰ CSC ਕਾਰਡ ਦੀ ਜ਼ਰੂਰਤ ਪੈਂਦੀ ਆ। ਅਤੇ ਕਈ ਆਪਣੇ ਪੰਜਾਬੀ ਵੈਂਡਰ ਹੁੰਦੇ ਆ, ਕਈ ਉਹ ਵੀ CSC ਕਾਰਡ ਮੰਗਦੇ ਆ, ਬਟ ਮੋਸਟ ਆਫ ਬਿਨਾਂ CSC ਤੋਂ ਵੀ ਰੱਖ ਲੈਂਦੇ ਆ। ਹੁਣ CSC ਕਾਰਡ ਕੀ ਹੁੰਦਾ ਮੈਂ ਤੁਹਾਨੂੰ ਉਹ ਦੱਸ ਦਿੰਦਾ, ਅਤੇ ਉਹ ਬਣਦਾ ਕਿੱਦਾਂ, ਕਿੰਨਾ ਖਰਚਾ ਹੁੰਦਾ ਆ, ਮੈਂ ਤੁਹਾਨੂੰ ਵੀ ਦੱਸ ਦਿੰਦਾ, ਹੈ ਨਾ। ਅਤੇ ਸੋ ਆਪਾਂ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਪੇ ਰੇਟ ਦੀ, ਕਿੰਨਾ ਪੇ ਰੇਟ ਆਪਾਂ ਨੂੰ ਕੰਸਟਰਕਸ਼ਨ 'ਚ ਮਿਲਦਾ ਆ, ਹੈ ਨਾ। ਸਭ ਤੋਂ ਜ਼ਿਆਦਾ ਜਿਹੜੀ ਅਰਨਿੰਗ ਜੋਬ ਆ ਨਾ UK 'ਚ, ਉਹ ਕੰਸਟਰਕਸ਼ਨ ਦੀ ਆ। ਜੇ ਤੁਸੀਂ ਸਕਿੱਲ ਵਰਕਰ ਹੋ ਨਾ, ਇੱਥੇ ਬੰਦਾ ਮਾਸਟਰ ਡਿਗਰੀ ਵਾਲਾ ਵੀ ਉਨੇ ਪੈਸੇ ਨਹੀਂ ਕਮਾਉਂਦਾ ਜਿੰਨੇ ਕੰਸਟਰਕਸ਼ਨ 'ਚ ਸਕਿੱਲ ਵਰਕਰ ਬਣਾਉਂਦਾ ਆ। ਹੁਣ ਇੱਟਾਂ ਲਾਉਣੀ ਦੇਖ ਲਓ, ਹੈ ਨਾ, ਜਿਹੜਾ ਇੱਟਾਂ ਲਾਉਣ ਵਾਲਾ ਬੰਦਾ ਜਿਹੜਾ ਇੱਟਾਂ ਲਾਉਂਦਾ ਆ, ਉਹ ਇੱਥੇ 250-300 ਦਿਹਾੜੀ ਬਣਾਉਂਦਾ ਆ, ਹੈ ਨਾ। ਅਤੇ ਇੰਨੇ ਪੈਸੇ ਤਾਂ ਇੱਥੇ ਮਾਸਟਰ ਡਿਗਰੀ ਵਾਲਾ ਵੀ ਨਹੀਂ ਬਣਾਉਂਦਾ ਬੰਦਾ। ਜਿਹੜੀ ਸਿਟਿੰਗ ਜੋਬ ਨਹੀਂ ਨਾ, ਵਾਈਟ ਕਲਰ ਜੋਬ, ਉਹ ਵੀ ਨਹੀਂ ਇੰਨੇ ਪੈਸੇ ਬਣਾਉਂਦੇ ਜਿੰਨੇ ਕੰਸਟਰਕਸ਼ਨ ਵਾਲੇ ਬਣਾਉਂਦੇ ਆ। ਜਿਹੜੇ ਟਾਈਮ ਮੈਂ 2023 ਆਇਆ ਸਾਂ, ਉਸ ਟਾਈਮ ਲੇਬਰ ਮਿਨੀਮਮ ਜਿਹੜੀ ਹੁੰਦੀ ਸੀ 80 ਪਾਊਂਡ, 90 ਪਾਊਂਡ, 100 ਪਾਊਂਡ ਦਿਹਾੜੀ ਵੀ ਪੰਜਾਬੀ ਦਿੰਦੇ ਆ, ਬਿਨਾਂ ਜਿੱਦਾਂ ਕੋਈ CSC ਕਾਰਡ ਨਹੀਂ ਹੈਗਾ, ਹੈ ਨਾ। ਉਹ ਇੰਨੀ ਦਿਹਾੜੀ ਆਪਣੇ ਲੇਬਰ ਵਾਲੇ ਨੂੰ ਦਿੰਦੇ ਆ, ਜਿੱਥੋਂ ਸਿਰਫ ਜਿੰਨੇ ਬਸ ਕੰਸਟਰਕਸ਼ਨ ਸਾਈਟ ਦੀ ਸਫਾਈ ਕਰਾਉਣੀ ਆ, ਕੋਈ ਡਿਲੀਵਰੀ ਆ ਗਈ ਉਹ ਲਾਉਣੀ ਆ, ਆਹ ਕੰਮ ਆ, ਹੈ ਨਾ, ਜਾਂ ਮਟੀਰੀਅਲ ਬਣਾ ਕੇ ਦੇਣਾ ਆ, ਉਹ ਇੰਨੀ ਦਿਹਾੜੀ ਦਿੰਦੇ ਸੀ। ਅਤੇ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਵੀ ਇਹ ਤਾਂ ਮੈਂ ਦੱਸਦਾ, ਪੰਜਾਬੀ ਤਾਂ ਬਿਨਾਂ CSC ਕਾਰਡ ਤੋਂ ਵੀ ਰੱਖ ਦਿੰਦੇ ਆ। ਹੁਣ CSC ਕਾਰਡ ਹੁੰਦਾ ਕੀ ਆ? CSC ਕਾਰਡ ਹੁੰਦਾ ਇੱਕ ਗ੍ਰੀਨ ਕਲਰ ਦਾ ਲੇਬਰ ਕਾਰਡ ਹੁੰਦਾ ਆ, ਜਿਹੜਾ ਕਿ UK 'ਚ ਜੇ ਆਪਾਂ ਕੰਸਟਰਕਸ਼ਨ ਸਾਈਟ 'ਤੇ ਜਾਣਾ ਆਪਾਂ ਕੋਲ ਹੋਣਾ ਜ਼ਰੂਰੀ ਆ। ਅਤੇ ਉਹ ਬਣਦਾ ਕਿੱਦਾਂ? ਇੱਕ ਛੋਟਾ ਜਿਹਾ ਇਗਜ਼ਾਮ ਹੁੰਦਾ ਆ, ਅਤੇ ਜਿਵੇਂ ਇੱਥੇ ਥਿਊਰੀ ਦਾ ਤੁਹਾਨੂੰ ਮੈਂ ਦੱਸਿਆ ਸੀ 750 ਕੁਸ਼ਚਨ ਹੁੰਦੇ ਆ, ਉੱਦਾਂ ਹੀ ਉਹਦੇ ਵੀ 750 ਕੁਸ਼ਚਨ ਜਾਂ ਪੇਡ ਐਪ ਆ 5 ਪਾਊਂਡ ਦਾ, ਮੈਂ ਤੁਹਾਨੂੰ ਬਾਇਓ 'ਚ ਲਿੰਕ ਦਾਂਗਾ ਐਪ ਦਾ, ਬਾਏ ਐਪ ਬਾਏ ਕਰਕੇ ਉਹਦੀ ਤਿਆਰੀ ਕਰਨੀ ਆ। ਉਹਦੇ 'ਚ ਵੀ 50 ਕੁਸ਼ਚਨ ਆਉਣੇ ਆ, 50 'ਚੋਂ 46 ਬੰਦੀ 43 ਵਾਲਾ ਪਾਸ ਆ, ਹੈ ਨਾ, ਮੈਂ ਤਾਂ ਲਿਖ ਦੂੰਗਾ ਕਨਫਰਮ ਕਰਕੇ। ਅਤੇ ਇੱਦਾਂ ਹੀ ਇਹ ਕਾਰਡ ਬਣਦਾ ਆ। ਇਹ ਪੇਪਰ ਦੇਣ ਤੋਂ ਬਾਅਦ, ਇੱਦਾਂ ਇਕੱਲਾ ਪੇਪਰ ਦੇਣ ਤੋਂ ਬਾਅਦ ਕਾਰਡ ਨਹੀਂ ਬਣਦਾ, ਪੇਪਰ ਦੇਣ ਤੋਂ ਬਾਅਦ ਇੱਕ ਲੈਵਲ 1 ਦਾ ਕੋਰਸ ਹੁੰਦਾ ਆ ਵੀ ਤੁਹਾਨੂੰ ਸਾਈਡ 'ਤੇ ਐਮਰਜੈਂਸੀ ਸਿਚੁਏਸ਼ਨ ਬਣ ਜਾਏ ਕੀ ਕਰਨਾ ਆ, ਉੱਥੇ ਕੋਈ ਮਿਸ ਹੈਪਨਿੰਗ ਹੋ ਗਈ ਉਹਨੂੰ ਕਿੱਦਾਂ ਰਿਪੋਰਟ ਕਰਨਾ ਆ, ਉਹ ਇੱਦਾਂ ਦਾ ਹੁੰਦਾ ਬਸ ਸਾਰਾ ਕੁਛ। ਅਤੇ ਉਹ ਕਾਰਡ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਵੀ ਉਹਦੀ ਫੀਸ ਚਾਰਜਸ ਕਿੰਨੇ ਹੁੰਦੇ ਆ, ਹੈ ਨਾ, ਉਹ ਕਾਰਡ ਬਣਾਉਣ ਦੇ। ਜਿਹੜਾ ਸਭ ਤੋਂ ਪਹਿਲਾਂ ਤਾਂ 5 ਪਾਊਂਡ ਦਾ ਆਪਾਂ ਐਪ ਬਾਏ ਕਰਨਾ, 5 ਪਾਊਂਡ ਇਹ ਹੋ ਗਏ। ਫਿਰ ਜਦੋਂ ਐਪ ਤੋਂ ਆਪਾਂ ਤਿਆਰੀ ਕਰ ਲਈ, ਹੈ ਨਾ, ਪੇਪਰ ਬੁੱਕ ਕਰਨਾ, 23 ਪਾਊਂਡ ਦਾ ਪੇਪਰ ਬੁੱਕ ਹੁੰਦਾ ਆ, ਉਹ ਪੇਪਰ ਬੁੱਕ ਕਰ ਲਿਆ 23 ਪਾਊਂਡ ਦਾ, ਹੈ ਨਾ, ਪੇਪਰ ਹੋ ਗਿਆ। ਫਿਰ ਲੈਵਲ 1 ਦਾ ਇੱਕ ਕੋਰਸ ਹੁੰਦਾ, ਲੈਵਲ 1 ਦਾ ਕੋਰਸ ਕਰਨ ਲਈ ਆਪਾਂ ਨੂੰ 1.99 ਪਾਊਂਡ ਦਾ ਇੱਕ ਕੋਰਸ ਹੁੰਦਾ, ਈ ਕੋਰਸ, ਔਨਲਾਈਨ ਕੋਰਸ ਹੁੰਦਾ, ਉਹ ਬਾਏ ਕਰਨਾ ਪੈਂਦਾ। ਉਹ ਕੋਰਸ ਬਾਏ ਕਰਕੇ ਫਿਰ ਔਨਲਾਈਨ ਐਗਜ਼ਾਮ ਫ੍ਰੀ, ਪਹਿਲਾ ਐਗਜ਼ਾਮ ਫ੍ਰੀ ਹੁੰਦਾ ਆ ਜੋ ਆਪਾਂ ਐਗਜ਼ਾਮ ਪਾਸ ਕਰ ਲਈਏ, ਅਤੇ ਉਸ ਤੋਂ ਬਾਅਦ ਆਪਣਾ ਇੱਕ
ਫੋਨ ਕਰਨਾ ਪੈਂਦਾ ਵੀ ਹਾਂ ਵੀ ਮੈਂ 50 ਨੰਬਰ ਵਾਲਾ ਕੁਸ਼ਚਨ ਪਾਸ ਕਰ ਲਿਆ, ਪੇਪਰ ਪਾਸ ਕਰ ਲਿਆ, ਮੈਂ ਲੈਵਲ 1 ਦਾ ਵੀ ਪਾਸ ਕਰ ਲਿਆ, ਫਿਰ ਇੱਕ 35 ਪਾਉਂਡ ਫੀਸ ਚਾਰਜਸ ਹੁੰਦੀ ਆ, ਉਸ ਤੋਂ ਬਾਅਦ ਆਪਣਾ ਤੁਹਾਡਾ ਕਾਰਡ ਬਣ ਕੇ ਤੁਹਾਡੇ ਘਰ ਆ ਜਾਂਦਾ, ਗ੍ਰੀਨ ਕਾਰਡ ਹੁੰਦਾ ਆ, ਹੈ ਨਾ? ਅਤੇ ਤੁਸੀਂ ਹੁਣ ਉਹ ਵੀ ਐਪ ਉਸ ਤੋਂ ਬਾਅਦ ਕਾਰਡ ਬਣ ਕੇ ਆ ਜਾਂਦਾ। ਹੁਣ ਗੋਰਿਆਂ ਦੀ ਕੰਪਨੀ 'ਚ ਜੇ ਤੁਸੀਂ ਅਪਲਾਈ ਕਰੋਗੇ, ਹੈ ਨਾ, ਜਿਹੜਾ ਮਿਨੀਮਮ ਰੇਟ ਹੈ ਜੇ ਕੋਈ ਤੁਹਾਨੂੰ ਪੰਜਾਬੀ ਬਿਲਡਰ ਲੈ ਕੇ ਜਾਂਦਾ ਆ, ਉਹ ਤਾਂ 80 ਪਾਉਂਡ 90 ਪਾਉਂਡ ਹੁੰਦਾ ਆ, ਹੈ ਨਾ? ਉਹਦੇ 'ਚ ਕੰਮ ਵੀ ਜ਼ਿਆਦਾ ਕਰਾਉਂਦੇ ਆ, ਬਿਲਡਰ ਤਾਂ ਫਿਰ ਬੁਰੀ ਕਰਾਉਂਦੇ ਆ। ਜਿਹੜੀ ਗੋਰਿਆਂ ਦੀ ਕੰਪਨੀ ਜਿੱਥੇ ਆਪਾਂ CSC ਦੇ ਕੇ ਦਿੱਤੇ ਆ, ਉਹ ਤਾਂ ਫਿਰ ਜੇ ਤੁਹਾਨੂੰ ਟੂਲ ਵੀ ਬਥੇਰੇ ਦਿੰਦੇ ਆ, ਕੋਈ ਵੇਟ ਲਿਫਟ ਕਰਨਾ ਉਹਦੇ ਬਥੇਰੇ ਟੂਲ ਦਿੰਦੇ ਆ, ਹੈ ਨਾ? ਅਤੇ ਉਹ ਦਿਹਾੜੀ ਵੀ ਉਹ ਘੱਟੋ ਘੱਟ 14 ਪਾਉਂਡ 15 ਪਾਉਂਡ 1 ਘੰਟੇ ਦੇ ਦਿੰਦੇ ਆ, ਵੀ ਤੁਹਾਡੀ 130-140 ਪਾਉਂਡ ਦਿਹਾੜੀ ਬਣਦੀ ਆ, ਹੈ ਨਾ? ਅਤੇ ਓਵਰ ਟਾਈਮ ਜੋ ਐਕਸਟਰਾ ਪੇ ਕਰਦੇ ਆ, ਤੁਹਾਡੇ ਤੋਂ ਕੋਈ ਜ਼ਿਆਦਾ ਕੰਮ ਨਹੀਂ ਕਰਾਉਂਦੇ ਹੈਗੇ ਇਹਨੂੰ, ਜੇ ਇੱਕ ਬੰਦੇ ਤੋਂ ਨਹੀਂ ਕੰਮ ਹੋ ਰਿਹਾ ਤੁਹਾਨੂੰ ਇੱਕ ਬੰਦਾ ਵੀ ਦੇਣਗੇ, ਗੇਟ ਚੁੱਕਣ ਲਈ ਤੁਹਾਨੂੰ ਟੂਲ ਦੇਣਗੇ, 12 ਦੇਣਗੇ, ਬੜੀਆਂ ਚੀਜ਼ਾਂ ਹੁੰਦੀਆਂ ਯਾਰ, ਹੈ ਨਾ? ਸੋ ਡਿਪੈਂਡ ਕਰਦਾ ਆ ਤੁਸੀਂ ਕਿਹੜੀ ਕੰਪਨੀ ਨਾਲ ਲੱਗੇ ਹੋ। ਸੋ ਮੈਂ ਤੁਹਾਨੂੰ ਪਿੱਛੇ ਐਪ ਦਾ ਲਿੰਕ ਪਾ ਦਾਂਗਾ, ਉਹ ਤੋਂ ਪਹਿਲਾਂ ਤੁਸੀਂ ਐਪ ਬਾਏ ਕਰਕੇ ਤਿਆਰੀ ਕਰਨੀ ਆ, ਪੇਪਰ ਦੇਣਾ, ਉਸ ਤੋਂ ਬਾਅਦ ਤੁਸੀਂ ਲੈਵਲ 1 ਦਾ ਕੋਰਸ ਬਾਏ ਕਰਨਾ ਆ, ਉਹਦੀ ਤਿਆਰੀ ਕਰਨੀ ਆ, ਉਹ ਪੇਪਰ ਦੇਣ ਤੋਂ ਬਾਅਦ ਤੁਸੀਂ ਕਰਨਾ ਆ ਫੋਨ ਕਰਕੇ ਆਪਣਾ ਕਾਰਡ ਮੰਗਾ ਲੈਣਾ, ਉਦੋਂ ਤੁਸੀਂ ਔਨਲਾਈਨ ਚੈੱਕ ਕਰਨਾ ਵੀ ਕੰਸਟਰਕਸ਼ਨ ਕੰਪਨੀ ਨੀਅਰ ਬਾਈ ਮੀ, ਹੈ ਨਾ? ਫਿਰ ਉਹ ਕੰਪਨੀਆਂ ਰਜਿਸਟਰ ਹੋਣਾ ਆ ਉਹ। ਫਿਰ ਆਹ ਵਾਲੀ ਵੀਡੀਓ 'ਚ ਮੈਂ ਤੁਹਾਨੂੰ ਇਕੱਲਾ CSC ਕਾਰਡ ਦਾ ਤਾਂ ਕੰਸਟਰਕਸ਼ਨ ਵਰਕ ਦਾ ਦੱਸਣਾ ਸੀ, ਹੁਣ ਮੈਂ ਨੈਕਸਟ ਵੀਡੀਓ ਬਣਾਊਂਗਾ ਉਬਰ ਈਟਸ, ਜਿਹੜੇ ਹੁਣ ਆਹ ਵਾਲੀ ਸਕੂਟਰੀ ਆ ਇਹਨਾਂ ਦੀ ਮੈਂ ਦੱਸਾਂਗਾ ਵੀ ਇਹ ਕਿੰਨੇ ਪੈਸੇ ਬਣਾਉਂਦੇ ਆ, ਅਤੇ ਇਹ ਕੰਮ ਆਪਾਂ ਕਿੱਦਾਂ ਕਰ ਸਕਦੇ ਹਾਂ, ਆਪਣਾ ਅਕਾਊਂਟ ਕਿੱਦਾਂ ਬਣ ਸਕਦਾ ਆ। ਸੋ ਕੋਈ ਵੀ ਕੰਮ ਸਿੱਖ ਲਓ, ਇੱਕ ਸਕਿੱਲ ਕੋਈ ਵੀ ਸਿੱਖ ਲਓ, ਠੀਕ ਆ? ਅਤੇ ਜ਼ਰੂਰ ਯਾਰ ਮੇਰੀ ਗੱਲ ਸੁਣੋ, ਤੁਸੀਂ ਇੱਥੇ ਆਣ ਕੇ ਪਛਤਾਉਣਾ ਹੈ ਮੇਰੇ ਵਾਂਗੂ ਜੇ ਤੁਸੀਂ ਨਾਨਾ ਸਕਿੱਲ ਸਿੱਖ ਕੇ ਆਏ, ਤੁਸੀਂ ਆ ਰਹੇ ਹੋ ਕਿਉਂਕਿ ਇੱਥੇ ਕੋਈ ਨਹੀਂ ਸਿਖਾਉਂਦਾ, ਠੀਕ ਆ? ਤੁਹਾਨੂੰ ਲੈ ਜਾਣਗੇ ਵੀ ਹਾਂ ਤੁਹਾਨੂੰ ਕੰਮ ਸਿਖਾਵਾਂਗੇ, ਬਸ ਉਹਨਾਂ ਨੇ ਤੁਹਾਡੇ ਤੋਂ ਝਾੜੂ ਮਰਾਈ ਜਾਣਾ ਆ, ਸਾਈਡ ਦੀ ਸਫਾਈ ਕਰਾਈ ਜਾਣੀ, ਕੋਈ ਡਿਲੀਵਰੀ ਆ ਗਈ ਤੁਸੀਂ ਉਹ ਲਾ ਤੀ, ਇੱਥੇ ਕੰਮ ਨਹੀਂ ਕੋਈ ਸਿਖਾਉਂਦਾ। ਮੈਂ ਤੁਹਾਨੂੰ ਸਿੱਧੀ ਦੱਸਦਾ ਹਾਂ, ਜੇ ਤੁਹਾਡਾ ਕੋਈ ਨੌਨ ਆ ਉਹ ਸਿਖਾ ਦੂਗਾ, ਤੁਹਾਡੇ ਯਾਰ ਦੋਸਤ ਜਿੱਥੇ ਕਰਦੇ ਆ ਕੰਮ ਉਹ ਸ਼ਾਇਦ ਤੁਹਾਨੂੰ ਸਿਖਾ ਦੇਣ, ਬਟ ਹੋਰ ਕੋਈ ਇੱਥੇ ਕੰਮ ਨਹੀਂ ਤੁਹਾਨੂੰ ਸਿਖਾਉਂਦਾ, ਬਸ ਉਹਨਾਂ ਨੇ ਤੁਹਾਡੇ ਤੋਂ ਲੇਬਰ ਵਰਕ ਕਰਾਉਣਾ ਆ। ਸੋ ਤੁਸੀਂ ਆਉਣ ਤੋਂ ਪਹਿਲਾਂ ਕੋਈ ਸਕਿੱਲ ਸਿੱਖ ਕੇ ਆਓ। ਅਤੇ ਪਤਾ ਕੀ ਆ, ਥੋੜ੍ਹਾ ਜਿਹਾ ਕਨਫਿਊਜ਼ਿੰਗ ਜਿਹਾ ਯਾਰ ਇਹ ਕਾਰਡ ਬਣਾਉਣਾ ਨਾ, ਕਿਉਂਕਿ ਆਪਾਂ ਥਿਊਰੀ ਦਾ ਤਾਂ ਹੋਇਆ ਵੀ, ਹਾਂ ਥਿਊਰੀ ਦਾ ਆਪਾਂ ਪੇਪਰ ਪਾਸ ਕਰ ਲਿਆ, ਅਤੇ ਉਦੋਂ ਬਾਅਦ ਆਪਾਂ ਪ੍ਰੈਕਟੀਕਲ ਬੁੱਕ ਕਰ ਲਿਆ, ਆਪਣਾ ਡਰਾਈਵਿੰਗ ਲਾਇਸੈਂਸ ਬਣ ਗਿਆ, ਹੈ ਨਾ? ਪਰ ਇੱਥੇ ਇਹ ਸਿਸਟਮ ਆ ਕਿ ਇਹਦੇ 'ਚ ਆਪਾਂ ਨੂੰ ਇੱਕ ਲੈਵਲ 1 ਦਾ ਕੋਰਸ ਕਰਨਾ ਪੈਂਦਾ, ਉਹ ਥੋੜ੍ਹਾ ਕਨਫਿਊਜ਼ਿੰਗ ਆ। ਹੁਣ ਤੁਸੀਂ ਆਹ ਜਿਹੜਾ ਐਪ ਹੈ ਬਾਏ ਕਰਕੇ ਤੁਸੀਂ ਪੇਪਰ ਦੇ ਲਓਗੇ, ਹੈ ਨਾ, ਪੇਪਰ ਪਾਸ ਕਰ ਲਿਆ, ਉਸ ਤੋਂ ਬਾਅਦ ਲੈਵਲ 1 ਦਾ ਸਮਝ ਨਹੀਂ ਲੱਗਦੀ ਕਿੱਦਾਂ ਕਰਨਾ ਆ, ਮੈਨੂੰ ਵੀ ਨਹੀਂ ਸੀ ਲੱਗਦੀ। ਹੁਣ ਮੈਂ ਕੋਰਸ ਬਾਏ ਕਰ ਲਿਆ, ਹੁਣ ਮੇਰਾ ਪੜ੍ਹਨ ਨੂੰ ਦਿਲ ਕਰਦਾ, ਕਿਉਂਕਿ ਜਦੋਂ ਆਪਣੇ ਮਾਇੰਡ 'ਚੋਂ ਗੱਲਾਂ ਨਿਕਲ ਜਾਣ ਮੁੜ ਕੇ ਪੜ੍ਹਨ ਨੂੰ ਦਿਲ ਕਰਦਾ। ਬਟ ਮੈਂ ਇੱਥੇ ਵੀਡੀਓ ਚਲਾਊਂਗਾ, ਤੁਹਾਨੂੰ ਦੱਸਾਂ ਕਿੱਦਾਂ ਕਿੱਦਾਂ ਤਿਆਰੀ ਕਰਨੀ ਹੈ ਲੈਵਲ 1 ਦੀ, ਹੈ ਨਾ? ਜਿਹੜਾ ਲੈਵਲ 1 ਦਾ ਹੁੰਦਾ ਆ ਪੇਪਰ ਤੁਹਾਡਾ ਘਰ ਹੀ ਹੋ ਜਾਣਾ ਆ, ਬਸ ਤੁਹਾਡੇ ਕੋਲ ਲੈਪਟੋਪ ਜਾਂ ਮੈਕਬੁੱਕ 'ਤੇ ਤੁਸੀਂ ਦੇ ਸਕਦੇ ਆ, ਫੋਨ 'ਤੇ ਨਹੀਂ ਹੁੰਦਾ, ਫੋਨ 'ਤੇ ਤੁਸੀਂ ਉਹਦੀ ਸਟੱਡੀ ਕਰ ਸਕਦੇ ਆ, ਬਟ ਜਿਹੜਾ ਪੇਪਰ ਆ ਉਹ ਤੁਹਾਨੂੰ ਲੈਪਟੋਪ ਜਾਂ ਮੈਕਬੁੱਕ 'ਤੇ ਹੀ ਦੇਣਾ ਪੈਣਾ ਆ, ਠੀਕ? ਹੁਣ ਮੈਂ ਤੁਹਾਨੂੰ ਐਪ ਦੱਸਦਾ ਕਿਹੜਾ ਤੁਸੀਂ ਪਲੇ ਸਟੋਰ 'ਚ ਜਾਣਾ, ਉੱਪਰ ਲਿਖਣਾ ਆ CITB, ਜਦੋਂ CITB ਲਿਖੋਗੇ ਸਰਚ ਕਰ ਲੈਣਾ ਆ, ਅਤੇ ਆਹ ਲਾਇਆ ਪਿਆ ਗ੍ਰੀਨ ਕਲਰ ਦਾ ਜਿਹੜਾ CITB ਓਪਰੇਟਿਵ, ਇਹ ਤੁਸੀਂ ਬਾਏ ਕਰ ਲੈਣਾ, ਮੇਰੇ ਕੋਲ ਆਲਰੇਡੀ ਆ, ਸੋ ਮੈਂ ਓਪਨ ਕਰ ਲਿਆ। ਤੁਸੀਂ ਬਾਏ ਕਰਕੇ ਅਤੇ ਆਪਣੀ ਇਨਫੋਰਮੇਸ਼ਨ ਪਾ ਦੇਣੀ ਆ ਸਾਰਾ ਕੁਛ, ਠੀਕ ਆ? ਇਨਫੋਰਮੇਸ਼ਨ ਪਾਉਣ ਤੋਂ ਬਾਅਦ ਇਹ ਅਬਾਊਟ ਟੈਸਟ ਆ, ਇਹਦੇ ਬਾਰੇ ਪੜ੍ਹ ਲੈਣਾ ਵੀ ਟੈਸਟ 'ਚ ਕਿੱਦਾਂ ਕਿੱਦਾਂ ਆ ਸਾਰਾ ਕੁਛ, ਹੈ ਨਾ? ਜਾਂ ਕੁਸ਼ਚਨ ਬੁੱਕ ਓਪਨ ਕਰਨੀ ਹੈ, ਇਹਦੇ ਵਿੱਚ ਸਾਰੇ ਚੈਪਟਰ ਦਿੱਤੇ ਆ, ਜਰਨਲ, ਹੈਲਥ ਕੇਅਰ, ਸਾਰਾ ਕੁਛ, ਹੈ ਨਾ? ਇਹ ਵੀ ਇੱਦਾਂ ਤੁਹਾਨੂੰ ਆਪਸ਼ਨ ਆਉਣੇ, ਆਪਸ਼ਨਾਂ 'ਚ ਚੂਜ਼ ਕਰਨੇ ਆ, 50 ਨੰਬਰ ਦਾ ਕੁਸ਼ਚਨ ਆਉਣਾ ਆ, ਤੁਹਾਡੇ ਭਰਾ ਦੇ 50 ਜੋ 50 ਆਏ ਸੀ, ਸੋ ਇੱਕ ਇੱਕ ਚੈਪਟਰ ਕਰਕੇ ਤੁਸੀਂ ਤਿਆਰੀ ਕਰਨੀ ਹੈ। ਇਹਦੇ 'ਚ ਆਪਾਂ ਮੋਕ ਟੈਸਟ ਵੀ ਦੇ ਸਕਦੇ ਹਾਂ,
ਇਹਦੇ 'ਚ ਥਿਊਰੀ ਵਾਂਗੂ ਕੋਈ ਹੈਜ਼ਰਡ ਹੁਜ਼ਰਡ ਵਾਲਾ ਨਹੀਂ ਹੁੰਦਾ। ਬਸ ਇਹਦੇ 'ਚ 50 ਕੁਸ਼ਚਨ ਆਉਣੇ ਆ ਅਤੇ ਆਪਸ਼ਨ 'ਚ ਚੂਜ਼ ਕਰਨਾ ਅਤੇ ਪੰਜਾਬੀ 'ਚ ਵੀ ਹੋ ਜਾਂਦਾ ਜਦੋਂ ਪੇਪਰ ਤੁਸੀਂ ਬੁੱਕ ਕਰ ਲੈਣਾ ਉਹਦੇ 'ਚ ਤੁਸੀਂ ਸਿਲੈਕਟ ਕਰ ਲੈਣਾ ਵੀ ਜਿਹੜੀ ਮੇਰੀ ਲੈਂਗੁਏਜ ਮੈਂ ਪੰਜਾਬੀ 'ਚ, ਫਿਰ ਪੰਜਾਬੀ ਕੁਸ਼ਚਨ ਤਾਂ ਇੰਗਲਿਸ਼ 'ਚ ਲਿਖੇ ਹੁੰਦੇ ਆ ਬਟ ਜਿਹੜੇ ਤੁਹਾਨੂੰ ਹੈੱਡਫੋਨ ਲੱਗੇ ਹੁੰਦੇ ਉਹਦੇ 'ਚ ਆਵਾਜ਼ ਫਿਰ ਪੰਜਾਬੀ ਦੀ ਆਉਂਦੀ ਆ ਅਤੇ ਫਿਰ ਉਹ ਪੰਜਾਬੀ 'ਚ ਤੁਹਾਨੂੰ ਦੱਸ ਦਿੰਦੇ ਆ ਅਤੇ ਜਿਹੜੇ ਨਾਲ ਆਪਸ਼ਨ ਨੇ ਉਹ ਵੀ ਤੁਹਾਨੂੰ ਪੰਜਾਬੀ 'ਚ ਬੋਲ ਕੇ ਦੱਸਣਗੇ ਵੀ ਕਿਹੜਾ ਸਿਲੈਕਟ ਕਰਨਾ। ਫਿਰ ਤੁਹਾਨੂੰ ਪਤਾ ਲੱਗ ਜਾਣਾ ਦੇਖੋ 50 'ਚੋਂ 45 ਵਾਲਾ ਪਾਸ ਆ ਅਤੇ ਆਲ ਦਾ ਬੈਸਟ ਕਰੋ ਤਿਆਰੀ। ਅਤੇ ਮੈਂ ਅੱਗੇ ਲੈਵਲ 1 ਵਾਲਾ ਵੀ ਐਡ ਕਰ ਦੇਖੋ ਗੂਗਲ 'ਤੇ ਜਾ ਕੇ, ਫਿਰ ਤੁਸੀਂ CIT ਵੀ ਲਿਖਣਾ ਹੈ ਜਿਹੜੀ ਪਹਿਲੀ ਵੈਬਸਾਈਟ ਖੁੱਲੇਗੀ ਆ ਵਾਲੀ, ਇੱਥੇ ਕਲਿੱਕ ਕਰਕੇ ਤੁਸੀਂ ਆਪਣੀ ID ਬਣਾ ਲੈਣੀ ਹੈ। ਮੇਰੀ ਆਲਰੇਡੀ ਬਣੀ ਹੋਈ ਆ, ਸੋ ਮੈਂ ਸਿੱਧਾ ਤਾਂ ਕਰਕੇ ਲੌਗਇਨ 'ਤੇ ਜਾ ਰਿਹਾ ਹਾਂ ਅਤੇ ਲੌਗਇਨ 'ਤੇ ਜਾ ਕੇ ਲੌਗਇਨ ਕਰਕੇ ਉਦੋਂ ਬਾਅਦ 99 pounds ਦਾ ਕੋਰਸ ਆ ਹੈਲਥ ਐਂਡ ਸੇਫਟੀ ਵਾਲਾ, ਇਹ ਬਾਏ ਕਰਨਾ ਆ। ਇਹਦਾ ਮੈਂ ਲਿੰਕ ਪਾਊਂਗਾ, ਤੁਸੀਂ ਡਾਇਰੈਕਟ ਕੋਰਸ 'ਤੇ ਚਲੇ ਜਾਓਗੇ। ਕੋਰਸ ਬਾਏ ਕਰਕੇ ਅਤੇ ਸਟੱਡੀ ਆ ਮੇਰਾ ਆਲਰੇਡੀ ਆ ਨੀਚੇ ਕੰਪਲੀਟਡ ਲਿਖਿਆ ਆ ਰਿਹਾ, ਬਟ ਤੁਸੀਂ ਰਿਵਿਊ 'ਤੇ ਜਾ ਕੇ ਸਟੱਡੀ ਕਰਨੀ ਆ। ਨਹੀਂ ਥੋੜ੍ਹੀ ਤੁਹਾਡੇ ਸਟਾਰਟਰ ਲਿਖਿਆ ਹੋਣਾ, ਫਿਰ ਤੁਸੀਂ ਸਾਨੂੰ ਇੱਦਾਂ ਦਾ ਖੁੱਲ੍ਹ ਜਾਣਾ। ਫਿਰ ਤੁਸੀਂ ਇਹਦੀ ਤਿਆਰੀ ਲੈਪਟੋਪ ਫੋਨ ਕਿਤੋਂ ਵੀ ਕਰ ਸਕਦੇ ਹਾਂ, ਪਰ ਜਿਹੜਾ ਇਗਜ਼ਾਮ ਆ ਉਹ ਤੁਸੀਂ ਲੈਪਟੋਪ ਜਾਂ ਮੈਕਬੁੱਕ 'ਤੇ ਦੇ ਸਕਦੇ ਹਾਂ, ਕਿਉਂਕਿ ਤੁਹਾਨੂੰ ਕੈਮਰਾ ਔਨ ਕਰਨ ਦੀ ਲੋੜ ਪੈਣੀ ਹੈ, ਫੋਨ 'ਤੇ ਨਹੀਂ ਹੁੰਦਾ। ਜਿਹੜਾ ਪਹਿਲੀ ਵਾਰ ਇਗਜ਼ਾਮ ਦੇਣਾ ਉਹ ਫ੍ਰੀ ਹੁੰਦਾ, ਜੇ ਤੁਸੀਂ ਨਹੀਂ ਪਾਸ ਹੁੰਦੇ ਤੁਹਾਨੂੰ